ਚਲੋ ਜੀ, ਸਵੇਰੇ ਸਵੇਰੇ ਪਹਿਲਾ ਕੰਮ ਕਾਲੂ ਦੀ ਸੇਵਾ। ਆਪਣੀ ਕੈਪ ਵਿਖਾ ਕੈਪ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਹੋਰ ਠੀਕ ਠਾਕ ਜੀ। ਮੈਂ ਆਪਣੇ ਕੈਪ ਵਿਖਾ, ਆਪਣੀ ਕੈਪ। ਇਹ ਜਿਹੜੀ ਕੈਪ ਆ, ਇਹ ਹੈਗੀ ਆ ਭੇਡ ਦੇ ਪਿਓਰ ਖਲ ਦੀ ਬਣੀ ਹੋਈ ਆ, ਤੇ ਮੈਂ ਸ਼੍ਰੀਨਗਰ ਤੋਂ ਲੈ ਕੇ ਆਇਆ ਹੈਗਾ। ਇਹ ਸਪੈਸ਼ਲ ਬਾਈਕਰਸ ਵਾਸਤੇ ਹੁੰਦੀ ਆ, ਤੇ ਜਾਂ ਸ਼੍ਰੀਨਗਰ ਵਾਲੇ ਪਾਉਂਦੇ ਆ ਜਦੋਂ ਪੂਰੀ ਬਰਫ਼ ਪਈ ਹੁੰਦੀ ਆ, ਆਪਣੇ ਕੰਨ ਵਗੈਰਾ ਢੱਕ ਲਈ। ਸੋਹਣੀ ਲੱਗਣ ਦੀ ਆ ਵੈਸੇ। ਕੰਫਰਟੇਬਲ ਆ? ਗਰਮ ਪੂਰੀ ਕੰਫਰਟੇਬਲ ਜ਼ਿਆਦਾ ਹੋ ਗਿਆ, ਕੁਛ ਜ਼ਿਆਦਾ ਹੋ ਗਿਆ, ਹੁਣ ਜ਼ਿਆਦਾ ਹੋ ਗਿਆ ਜੀ। ਗਾਇਸ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਅਤੇ ਆਦਾਬ। ਦਿਨ ਦੀ ਸ਼ੁਰੂਆਤ ਕੀਤੀ ਆ, ਵਲੌਗ ਦੀ ਸ਼ੁਰੂਆਤ ਕੀਤੀ ਆ, ਅਤੇ ਵਲੌਗ ਅੱਜ ਕਿੱਦਾਂ, ਠੰਡ ਬਹੁਤ ਆ ਅਤੇ ਮੈਂ ਘਰੇ ਹਾਂ, ਔਫਿਸ ਤੋਂ ਫ੍ਰੀ ਹਾਂ, ਅਤੇ ਡੋਗ ਨੂੰ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਬਾਹਰ ਧੁੰਦ ਬਹੁਤ ਜ਼ਿਆਦਾ ਪਈ ਹੋਈ ਸੀ ਸਵੇਰੇ, ਅਤੇ ਹੁਣ ਥੋੜ੍ਹੀ ਜਿਹੀ ਘਟੀ। ਕੈਬ ਦੀ ਗੱਲ ਹੋ ਰਹੀ ਸੀਗੀ, ਅਤੇ ਅਮੋਕ ਦੀ ਕੈਬ ਬਾਰੇ ਤੁਹਾਨੂੰ ਦੱਸਿਆ। ਸ਼੍ਰੀਨਗਰ ਟ੍ਰਿਪ 'ਤੇ ਆਪਾਂ ਗਏ ਸੀਗੇ 2023, ਉਦੋਂ ਜਿਹੜੀ ਉਹ ਲਈ ਸੀਗੀ, ਅਤੇ ਆਹ ਵੀ ਜਿਹੜੀ ਮੈਂ ਪਾਈ ਹੋਈ ਆ, ਹੈ ਨਾ, ਪਠਾਨੀ ਸਟਾਈਲ ਕੈਬ, ਅਤੇ ਆ ਵੀ ਸ਼੍ਰੀਨਗਰ ਤੋਂ ਲਈ। ਹੁਣ ਠੰਡ ਥੋੜ੍ਹੀ ਸ਼੍ਰੀਨਗਰ ਸਟਾਈਲ ਦੀ ਹੋ ਚੁੱਕੀ ਆ, ਤਾਂ ਮੈਂ ਕਿਹਾ ਕਿਉਂ ਨਾ ਅੱਜ ਯਾਰ ਅਗਰ ਸ਼੍ਰੀਨਗਰ ਸਟਾਈਲ ਕੈਬ ਪਾਉਂਦੇ ਹਾਂ। ਅਤੇ ਸਵੇਰੇ ਸਵੇਰੇ ਆ ਗਏ ਹਾਂ ਜੀ ਸ਼ਮੀ ਦੇ ਜਨਰਲ ਸਟੋਰ 'ਤੇ, ਸ਼ਰਮਾਈ ਦੇ ਜਨਰਲ ਸਟੋਰ 'ਤੇ। ਉਹ ਤੇਰੀ ਸ਼ਾਮ ਨਾ ਬਾਹਰ ਧੁੰਦ ਵਾ, ਐਂ ਲੱਗਦਾ ਪਿਆ ਜਿਸ ਤਰ੍ਹਾਂ ਹਜੇ ਮੋਰਨਿੰਗ ਹੀ ਆ। ਅਤੇ ਸਮਾਨ ਲਿਆ ਥੋੜ੍ਹਾ ਜਿਹਾ, ਇਹ ਕੈਂਪਿੰਗ ਸਮਾਨ ਆ। ਕੈਂਪਿੰਗ ਸਮਾਨ ਕਿਉਂ ਲਿਆ ਇਹ ਤੁਹਾਨੂੰ ਜਲਦੀ ਪਤਾ ਲੱਗੇਗਾ। ਆਹ ਪਲੇਟਾਂ ਵਗੈਰਾ, ਮੈਗੀ, ਸਾਰਾ ਕੁਛ ਲਿਆ ਅੱਜ। ਅਤੇ ਆਹ ਸਹੀ ਨਾ, ਅਤੇ ਮੋਗ ਸਾਹਮਣੇ ਖਲੋਤਾ। ਹਾਂ ਮੋਗ, ਅਤੇ ਹੁਣ ਹੋ ਰਿਹਾ ਜੀ ਟੋਟਲ 694। ਅਤੇ ਜੇ ਸ਼ਾਮੀ ਬਾਹਰੋਂ ਲੈਂਦੇ ਤਾਂ ਇਹ ਬਣਨਾ ਸੀ ਘੱਟ ਤੋਂ ਘੱਟ 800 ਰੁਪਏ ਦਾ। ਨਹੀਂ, ਕਿੰਨੇ ਦਾ? ਠੀਕ ਆ ਰੇਟ, ਯਾਨੀ ਕਿ ਅੱਜ ਪੂਰਾ ਪੂਰਾ ਹੀ ਲਾਇਆ, ਹੈ ਨਾ। ਆਹੋ, ਇਹ 10-10 ਰੁਪਏ ਵਾਲੀਆਂ ਆਈਟਮਾਂ, ਇਹਨਾਂ ਦੇ ਵਿੱਚ ਜਿਹੜੇ ਪੈਸੇ ਘੱਟ ਵੱਜਦੇ ਆ। ਅਤੇ ਸਮਾਨ ਸਾਨੇ ਲੈ ਲਿਆ, ਕੈਂਪਿੰਗ ਕੁੰਪਿੰਗ ਦਾ ਜਿੰਨਾ ਵੀ ਸੀਗਾ ਜੋ ਵੀ। ਹੁਣ ਭੁੱਖ ਲੱਗ ਗਈ ਆ ਬਹੁਤ ਜ਼ਿਆਦਾ, ਅਤੇ ਉਮੀਦ ਕਰਦੇ ਹਾਂ ਕਿ ਘਰ ਕੋਈ ਵਧੀਆ ਚੀਜ਼ ਬਣੀ ਹੋਵੇ। ਅਤੇ ਸਫਾਈਆਂ ਵਗੈਰਾ ਹੋ ਗਈਆਂ ਨੇ। ਹਾਂਜੀ, ਕੈਂਪਿੰਗ ਵਾਲਾ ਸਮਾਨ ਡਰਾਇੰਗ ਰੂਮ 'ਚ ਰੱਖ ਗਿਆ, ਜਲਦੀ ਜਾ ਦੌੜ ਕੇ ਰੱਖ ਦੇ ਟੇਬਲ 'ਤੇ, ਰੱਖ ਦੇ ਟੇਬਲ 'ਤੇ। ਆ ਜਾ ਹੁਣ ਕੰਮ ਕਰੀਏ ਕੋਈ। ਇੱਥੇ ਹੁਣ ਥੱਲੇ ਆਪਾਂ ਕਾਰਪੈਟ ਵਿਛਾਉਣਾ ਵਾ, ਕਿਉਂਕਿ ਠੰਡ ਬਹੁਤ ਹੋ ਗਈ ਆ, ਅਤੇ ਫਿਰ ਕਈ ਵਾਰੀ ਨੰਗੀ ਪੈਰੀ ਆਈਦਾ ਅਤੇ ਸਹੀ ਜਿਹਾ ਨਹੀਂ ਲੱਗਦਾ। ਕਾਰਪੈਟ ਆਪਾਂ ਲੈ ਆਉਂਦਾ ਉੱਤੋਂ, ਉਹ ਪਿਆ ਕਾਲੂ ਆਪਣਾ ਸੁੱਤਾ ਪਿਆ। ਅਤੇ ਮੋਗ ਹੌਲੀ ਹੌਲੀ ਕਰਕੇ ਸਮਾਨ ਪਿੱਛੇ ਕਰਨਾ ਸ਼ੁਰੂ ਕਰ। ਇਹ ਮੂਲੀਆਂ ਅਤੇ ਗਾਜਰਾਂ ਮੰਮੀ ਨੇ ਕੱਟੀਆਂ, ਇਹਨਾਂ ਦਾ ਅੱਜ ਪੈਣਾ ਅਚਾਰ। ਅਤੇ ਇਹ ਰਾਤ ਦੇ ਮਟਰ ਛਿੱਲੇ ਦੇ ਆ, ਅਤੇ ਮੂਲੀ ਜਿਹੜੀ ਕੱਟੀ ਸੀ ਉਹ ਆਹ ਸੀਗੀ ਲਾਲ ਮੂਲੀ, ਅਤੇ ਆਹ ਨੇ ਸ਼ਲਗਮ। ਸ਼ਲਗਮਾਂ ਦਾ ਅਚਾਰ ਜਿਹੜਾ ਉਹ ਵੱਖਰਾ, ਤੁਹਾਨੂੰ ਬਣਾ ਕੇ ਦੱਸਾਂਗੇ ਰੈਸਿਪੀ। ਅਤੇ ਇਹ ਜਿਹੜਾ ਸਮਾਨ ਕੁਛ ਅਗਲੀਆਂ ਸਬਜ਼ੀਆਂ ਦਾ ਤਿਆਰ ਹੋ ਰਿਹਾ। ਠੀਕ ਆ, ਚੱਲ ਚੱਲ ਚੱਲ, ਤੂੰ ਆਪਣੇ ਘਰ ਦੇ ਪਿੱਛੇ ਕਰਦੇ ਕਰਦੇ ਕਰਦੇ, ਸ਼ਾਬਾਸ਼, ਲਿਆ ਲਿਆ ਲਾ ਯੋਰ। ਕਰ 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 ਸਾਫ ਕਰ, ਸ਼ਾਬਾਸ਼। ਟਾਈਮ ਹੋ ਗਿਆ ਇਹ 4:45, ਅਤੇ ਕੰਮ ਅਸੀਂ ਇੱਕ ਬਹੁਤ ਤਕੜਾ ਜਿਹਾ ਸਾਡਾ ਪੈਂਡਿੰਗ ਕਰਨ ਵਾਲਾ ਪਿਆ ਵਾ। ਜਲਦੀ ਕਰ, ਜਲਦੀ ਜਲਦੀ, ਸ਼ਾਬਾਸ਼। ਸਿੱਧਾ ਕਰ ਇਹਨੂੰ ਥੋੜ੍ਹਾ ਜਿਹਾ ਸਿੱਧਾ, ਬਿਲਕੁਲ ਦੀਵਾਰ ਦੇ ਨਾਲ ਇੱਧਰੋਂ ਕਰਨਾ। ਇਹਦੇ ਉੱਪਰ ਹੁਣ ਚੱਪਲ ਹੀ ਲੈ ਕੇ ਆਉਣੀ, ਠੀਕ ਆ। ਖਿੱਚ ਖਿੱਚ ਖਿੱਚ, ਸ਼ਾਬਾਸ਼ 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 ਸ਼ਾਬਾਸ਼। ਆਹ ਜਰਾ ਬਹਿ ਕੇ ਵਿਖਾ ਇੱਥੇ। ਓਏ ਹੋਏ 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 ਹੋਏ, ਸੈਟਅਪ ਹੋ ਗਿਆ, ਹੁਣ ਚੱਪਲ ਲਾ ਕੇ
ਹਾਂ ਹੁਣ ਕੰਫਰਟੇਬਲ ਹੋ ਗਿਆ ਪ੍ਰੋਪਰ ਜਿਹੜਾ ਇੱਕ ਰੂਮ ਟਾਈਪ ਬਣ ਗਿਆ ਨਾ ਆਰਾਮ ਨਾਲ ਬਹਿ ਕੇ ਅਤੇ ਸਾਹਮਣੇ ਟੀ ਵੀ ਲਾ ਕੇ ਵੇਖੋ ਕਿਆ ਬਾਤ ਹੈ ਐਸ ਐਚ ਸਾਹਿਬ ਜਿਹੜਾ ਸਾਡਾ ਮੈਟ ਆ ਇਹ ਅੱਜ ਆਪਾਂ ਕਿੱਥੇ ਯੂਜ਼ ਕਰਨਾ ਕੈਂਪਿੰਗ 'ਚ ਅੱਜ ਸਾਡਾ ਪਲਾਨ ਆ ਕਿ ਉੱਪਰ ਛੱਤ ਦੇ ਉੱਪਰ ਟੈਂਟ ਵਗੈਰਾ ਲਾ ਕੇ ਉਹ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਵੇਖਣ ਨੂੰ ਮਿਲੇਗਾ ਉੱਪਰ ਟੈਂਟ ਵਗੈਰਾ ਲਾ ਕੇ ਆਪਾਂ ਕੀ ਕਰਨੀ ਆ ਫੋਰ ਹਾਊ ਮਚ ਟਾਈਮ 24 ਆਵਰਸ ਯਾ ਹਾਂ ਦੋ ਪਾਰਟਸ ਵਿੱਚ ਆਏਗੀ ਐਂਟਰੀ ਅਤੇ ਇਹ ਤਾਂ ਸੈਟਅਪ ਕਰਤਾ ਆਪਾਂ ਸਾਰਾ ਕੰਪਲੀਟ ਅਤੇ ਹੁਣ ਬਈ ਅੱਜ ਰਸੋਈ ਦੇ ਵਿੱਚ ਬਣਦਾ ਪਿਆ ਕਿਉਂਕਿ ਧੁੰਦ ਦਾ ਮੌਸਮ ਚੱਲਦਾ ਪਿਆ ਅਤੇ ਬੰਦੇ ਦਾ ਕਹਿਣ ਕਹਿਣ ਚੀਜ਼ਾਂ ਜਿਹੜੀਆਂ ਉਹ ਖਾਣ ਨੂੰ ਜਿੱਲ ਕਰਦਾ ਹੈ ਨਾ ਕਿਉਂਕਿ ਰਾਈਡ ਤਾਂ ਹੁਣ ਹੈ ਰਹੀ ਅਤੇ ਅੱਜ ਬਈ ਕਿਚਨ ਦੇ ਵਿੱਚ ਬਣਦਾ ਪਿਆ ਪਾਕਿਸਤਾਨੀ ਨਾਸ਼ਤਾ ਪਾਕਿਸਤਾਨੀ ਨਾਸ਼ਤਾ ਕੀ ਆ ਉਹ ਅੱਜ ਤੁਹਾਨੂੰ ਵਲੌਗ ਦੇ ਵਿੱਚ ਪਤਾ ਚੱਲੇਗਾ ਹੁਣ ਚੱਲਦੇ ਆਪਾਂ ਕਿਚਨ 'ਚ ਵੇਖਦੇ ਹਾਂ ਕੀ ਸਿਸਟਮ ਕੀ ਮਾਹੌਲ ਚੱਲਦਾ ਪਿਆ ਹਾਂਜੀ ਅਸੀਂ ਬਣਾਉਂਦੇ ਜੀ ਪਾਕਿਸਤਾਨੀ ਚਨੇ ਜਿਹੜੇ ਬਹੁਤ ਹੀ ਸਵਾਦ ਬਣਦੇ ਆ ਤੇ ਮੈਂ ਨਹੀਂ ਇਹ ਮੇਰੀ ਦਾਦੀ ਜੀ ਬਣਾਉਂਦੇ ਹੁੰਦੇ ਸੀ ਤੇ ਚਲੋ ਜੀ ਅੱਜ ਅਸੀਂ ਸ਼ੇਅਰ ਕਰਨੇ ਦਾ ਇਹ ਮੰਮੀ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਕਿ ਪਾਕਿਸਤਾਨੀ ਚਨੇ ਪਾਕਿਸਤਾਨੀ ਨਾਸ਼ਤਾ ਉਹ ਹੁੰਦਾ ਵਾ ਚਨੇ ਪੂਰੀ ਤੇ ਨਾਲ ਕੜਾਹ ਜਿਹਨੂੰ ਉਹ ਕਹਿੰਦੇ ਆ ਕੀ ਕਹਿ ਰਹੇ ਨੇ ਉਹਨੂੰ ਕੜਾਹ ਨੂੰ ਕੀ ਕਹਿੰਦੇ ਭਲਾ ਹਲਵਾ ਪਾਕਿਸਤਾਨੀ ਪੂਰੀ ਹਲਵਾ ਤੇ ਚਨੇ ਤੇ ਇਹ ਜਿਹੜੇ ਚਨੇ ਆ ਥੋੜ੍ਹੇ ਡਿਫਰੈਂਟ ਤਰੀਕੇ ਨਾਲ ਬਣਦੇ ਆ ਅਤੇ ਮਾਤਾ ਜੀ ਹੁਣੇ ਕਹਿ ਰਹੀ ਕਿ ਉਹਨਾਂ ਦੀ ਝਾਈ ਜੀ ਦਾਦੀ ਜੀ ਯਾਨੀ ਕਿ ਉਹ ਬਣਾਉਂਦੇ ਰਹੇ ਆ ਇਹ ਅਤੇ ਹੁਣ ਅਸੀਂ ਬਣਾਉਂਦੇ ਹਾਂ ਆਹ ਕੀ ਕੱਟਿਆ ਸਭ ਤੋਂ ਪਹਿਲਾਂ ਤੜਕਾ ਇਹ ਤੜਕੇ ਦਾ ਸਮਾਨ ਲੱਗਦਾ ਅਤੇ ਇੱਧਰਲੇ ਪਾਸੇ ਜਿਹੜੇ ਚਨੇ ਜਿਹੜੇ ਉਹ ਭਿਉਏ ਹੋਏ ਆ ਠੀਕ ਆ ਅਤੇ ਹੋਰ ਵੀ ਇੱਧਰ ਬੜਾ ਕੁਛ ਚੱਲਦਾ ਪਿਆ ਸੋ ਤੁਹਾਨੂੰ ਦੱਸਦੇ ਹਾਂ ਇਹਦੀ ਰੈਸਪੀ ਤੁਹਾਨੂੰ ਮੈਂ ਸ਼ੇਅਰ ਕਰਦਾ ਪਾਕਿਸਤਾਨੀ ਰੈਸਪੀ ਜਿਹੜੀ ਪਾਕਿਸਤਾਨੀ ਰੈਸਪੀ ਵਾਸਤੇ ਪੂਜਾ ਦੀ ਮੈਂ ਗੱਲ ਵੀ ਕਰਵਾਈ ਆ ਰਹਿਮਤ ਭਾਈ ਦੀ ਵਾਈਫ ਦੇ ਨਾਲ ਵੀ ਮੈਂ ਗੱਲ ਕਰਾਈ ਹੈ ਭਾਬੀ ਜੀ ਹੋਣਾਂ ਦੇ ਨਾਲ ਵੀ ਅਤੇ ਉਹ ਜਿਹੜਾ ਤੁਹਾਡਾ ਸੀਗਾ ਫਾਰਮੂਲਾ ਅਤੇ ਉਹਨਾਂ ਦਾ ਫਾਰਮੂਲਾ ਸੀਗਾ ਤਕਰੀਬਨ ਇਕੱਠਾ ਹੀ ਸੀਗਾ ਹੈ ਨਾ ਇੱਕੋ ਵਰਗਾ ਹੀ ਸੀਗਾ ਸੇਮ ਹੀ ਸੀਗਾ ਸੋ ਇਹਨਾਂ ਦੀ ਸਿੱਧੀ ਲਾਹੌਰ ਗੱਲ ਕਰਾਈ ਹੈ ਪਾਕਿਸਤਾਨੀ ਫਾਰਮੂਲਾ ਵੇਖਣ ਵਾਸਤੇ ਚਲੋ ਜੀ ਹੋ ਜਾਓ ਸ਼ੁਰੂ ਵੀ ਅਤੇ ਅੱਜ ਕੋਚਿੰਗ ਚੱਲਦੀ ਵੀ ਆ ਪ੍ਰੋਪਰ ਮੰਮੀ ਦੱਸਦੇ ਪਏ ਆ ਅਤੇ ਪੂਜਾ ਬਣਾ ਰਹੀ ਅਤੇ ਸਭ ਤੋਂ ਪਹਿਲਾਂ ਜਿਹੜਾ ਤੜਕਾ ਆਮ ਤੌਰ 'ਤੇ ਆਪਾਂ ਤੇਲ ਦੇ ਵਿੱਚ ਭੁੰਨਦੇ ਹਾਂ ਨਾ ਇਹ ਤੜਕਾ ਅਸੀਂ ਸਭ ਤੋਂ ਪਹਿਲਾਂ ਬੋਇਲ ਕਰਨਾ ਇੱਦਾਂ ਹੀ ਆ ਜੀ ਇਹ ਸਭ ਤੋਂ ਪਹਿਲਾਂ ਬੋਇਲ ਕਰਨਾ ਕਿੱਦਾਂ ਅਤੇ ਪਿਆਜ਼ ਲਸਣ ਅਦਰਕ ਮਿਰਚਾਂ ਹਰੀਆਂ ਮਿਰਚਾਂ ਅਤੇ ਨਾਲ ਹੀ ਆਪਾਂ ਟਮਾਟਰ ਜਿਹੜੇ ਆ ਇਹ ਬੋਇਲ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਅਤੇ ਇਹਨਾਂ ਨੂੰ ਆਪਾਂ ਟੱਕਤਾ ਅਤੇ ਚਨੇ ਪਹਿਲਾਂ ਬੋਇਲ ਕੀਤੇ ਦੇ ਆ ਕਿ ਜਾਂ ਹਜੇ ਭਿਉਏ ਦੇ ਆ ਅੱਛਾ ਚਨੇ ਬੋਇਲ ਨੇ ਓਕੇ ਓਕੇ ਚਨਿਆਂ ਨੂੰ ਆਪਾਂ ਪਹਿਲਾਂ ਬੋਇਲ ਕਰ ਲਿਆ ਅਤੇ ਇਹ ਸੀ ਨਾ ਹੁਣ ਇੱਧਰ ਬੋਇਲ ਹੋ ਰਹੇ ਨੇ ਆਪਣਾ ਤੜਕਾ ਆਮ ਤੌਰ 'ਤੇ ਤੜਕਾ ਲੱਗਦਾ ਤੇਲ 'ਚ ਭੁੱਜਦਾ ਪਰ ਇਹ ਬੋਇਲ ਹੋ ਰਿਹਾ ਅਤੇ ਇੱਧਰ ਆਲੂ ਜਿਹੜੇ ਆ ਉਹ ਬੋਇਲ ਹੋ ਰਹੇ ਹਾਂ ਪਹਿਲਾਂ ਨਾਲ ਹੀ ਕੜਾਹ ਬਣਾ ਲਓ ਕਿਉਂਕਿ ਟਾਈਮ ਹੋ ਗਿਆ 5:30 ਸਵੇਰੇ ਸਿਰਫ ਮੰਮੀ ਨੇ ਪਕੌੜੇ ਬਣਾਏ ਸੀ ਬੜੇ ਘੈਂਟ ਪਾਲਕ ਵਾਲੇ ਮੇਰੇ ਫੇਵਰੇਟ ਅਤੇ ਉਹ ਖਾ ਕੇ ਜਿਹੜਾ ਉਹ ਢਿੱਡ ਭਰਿਆ ਪਿਆ ਵਾ ਨਾਲ ਮੱਕੀ ਦੀ ਰੋਟੀ ਦੇ ਨਾਲ ਪਕੌੜੇ ਵਾਹ ਜੀ ਵਾਹ ਅਤੇ ਹੁਣ ਨਾਲ ਬਣੇਗਾ ਕੜਾਹ ਅਤੇ ਮੰਮੀ ਕਹਿੰਦੇ ਵੀ ਕੜਾਹ ਮੈਂ ਬਣਾਉਂਦੀ ਹਾਂ ਅਤੇ ਜਿਹੜੀ ਪੂਰੀਆਂ ਨੇ ਉਹਦਾ ਜਿਹੜਾ ਆਟਾ ਉਹ ਪੂਜਾ ਗੁੰਨੇਗੀ ਠੀਕ ਆ ਸੋ ਹੁਣ ਕੜਾਹ ਆਪਣਾ ਬਣ ਲੱਗਾ ਨੋਨ ਸਟਿੱਕ ਕੜਾਹੀ ਵਾਹ ਜੀ ਵਾਹ ਕੜਾਹੀ 'ਚ ਪਾਤਾ ਜੀ ਦੇਸੀ ਘਿਓ ਵੇਰਕਾ ਦੁੱਧ ਪੀਓ ਵੇਰਕਾ ਜਲਦੀ ਕਰੋ ਯਾਰ ਜਲਦੀ ਕਰੋ ਆਲੂ ਬੋਇਲ ਹੋ ਚੁੱਕੇ ਆ ਅਤੇ ਇੱਧਰ ਜਿਹੜੀ ਆਪਣੀ ਜਿਹੜੀ ਸਬਜ਼ੀ ਵਿੱਚ ਪਾਈ ਸੀ ਤੜਕੇ ਦਾ ਸਮਾਨ ਬੋਇਲ ਹੋ ਰਿਹਾ ਇੱਧਰ ਹੋ ਰਹੀ ਹੈ ਜੀ ਕਿਹਦੀ ਤਿਆਰੀ ਹੋ ਰਹੀ ਹੈ ਪੂਰੀਆਂ ਦੇ ਆਟੇ ਦੀ ਤਿਆਰੀ ਹੋ ਰਹੀ ਹੈ ਦੇਸੀ ਘਿਓ 'ਚ ਹੁਣ ਜਾਣ ਲੱਗੀ ਸੂਜੀ ਆਪਣੇ ਵਿੱਚ ਥੋੜ੍ਹਾ ਜਿਹਾ ਵੇਸਣ ਵੀ ਪਾਈਏ ਬੜਾ ਸਵਾਦ ਬਣਨਾ ਕੜਾ ਥੋੜ੍ਹਾ ਜਿਹਾ ਵੇਸਣ ਵੀ ਪਾਓ ਵਿੱਚ ਹੈ ਇੱਕ ਚਮਚ ਇੱਕ ਜਾਂ ਦੋ ਚਮਚ ਹਲੋ ਵੇਸਣ
ਸੂਜੀ ਦੇ ਵਿੱਚ ਗਿਆ ਇੱਕ ਚਮਚ ਆਪਣਾ ਸੋਖਣਾ ਬੇਸਣ ਦਾ, ਤੇ ਮੈਂ ਕਹਿੰਦਾ ਵੀ ਚਿੱਬ ਨਿਕਲਦੇ ਪਏ ਆ, ਚਿੱਬ ਲਾਗੇ ਛਾਗੇ ਪਤਾ ਚੱਲਦਾ ਹੋਣਾ ਸਾਰਿਆਂ ਨੂੰ ਵੀ ਕੋਈ ਚੀਜ਼ ਬਣਦੀ ਪਈ ਆ। ਤੇ ਲਓ ਜੀ ਕੜਾਹ ਚ ਪੈ ਗਈ ਖੰਡ ਤੇ ਥੋੜਾ ਜਿਹਾ ਪਾਣੀ, ਤੇ ਸਮਝ ਲਓ ਆਪਣਾ ਕੜਾਹ ਤਿੰਨ ਕੱਪ ਪਾਣੀ, ਉਹੀ ਮਤਲਬ ਕਿ ਕੱਪ ਹੁਣ ਮੈਂ ਮਿਹਨਤੀ ਨਹੀਂ ਨਾ ਦੱਸਣੀ, ਤੇ ਆਪਣਾ ਕੰਮ ਰੈਡੀ। ਵਾਹ 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 ਕਿਆ ਬਾਤ ਹੈ, ਵਾਕਈ ਯਾਰ ਦਾਣੇਦਾਰ ਕੜਾਹ ਬਣਿਆ ਜੇ। ਆਹ ਸਾਡਾ ਬਣ ਗਿਆ, ਅਤੇ ਇਹ ਜਿਹੜਾ ਤੜਕੇ ਦਾ ਸਮਾਨ ਕੀਤਾ ਸੀਗਾ ਬੋਇਲ, ਅਤੇ ਇਹਦੀਆਂ ਹੁਣ ਆਪਾਂ ਚੀਕਾਂ ਕਢਾਵਾਂਗੇ ਗ੍ਰਾਈਂਡਰ ਦੇ ਵਿੱਚ, ਇਹਨੂੰ ਅਸੀਂ ਪਾ ਦਿੱਤਾ ਗ੍ਰਾਈਂਡਰ 'ਚ, ਇਹਦੀ ਆਪਾਂ ਬਣਾਉਣੀ ਹੈ ਗ੍ਰੇਵੀ। ਚੱਲ ਕੜਾਹੀ ਗਰਮ ਹੋ ਗਈ ਆ, ਅਤੇ ਇਹ 'ਚ ਪਾ ਦਿੱਤਾ ਹੁਣ ਤੇਲ। ਪਾਕਿਸਤਾਨੀ ਨਾਸ਼ਤਾ, ਨਾਸ਼ਤਾ ਕਾਹਦਾ ਕਰਨਾ, ਬਾਹਰ ਤਾਂ ਹਨੇਰਾ ਹੋ ਗਿਆ ਜੀ, ਗਰਮ ਹੋ ਗਿਆ ਜੀ। ਅਤੇ ਇਹ 'ਚ ਪਾਉਂਦੇ ਹਾਂ ਹੁਣ ਆਪਾਂ ਜੀਰਾ, ਤੇਜ਼ ਪੱਤਾ, ਅਤੇ ਨਾਲ ਹੀ ਲਾਲ ਮਿਰਚ ਦਾ ਤੜਕਾ, ਅਤੇ ਅੰਗ ਫੜਕਾ, ਅਤੇ ਨਾਲ ਹੀ ਦੋ ਤਿੰਨ ਲੌਂਗ ਅਤੇ ਦੋ ਤਿੰਨ ਇਲਾਚੀਆਂ। ਅਤੇ ਇਹ ਜਿਹੜੀ ਆਪਾਂ ਟਮਾਟਰ ਲਸਣ ਅਦਰਕ ਮਿਰਚਾਂ ਪਿਆਜ਼ ਸਾਰਾ ਕੀਤਾ ਸੀਗਾ ਗ੍ਰਾਈਂਡ, ਉਹ ਹੁਣ ਇਹਦੇ ਵਿੱਚ ਪਾ ਦਿੱਤਾ ਐਜ਼ ਏ ਗ੍ਰੇਵੀ। ਇਹਦੇ ਵਿੱਚ ਹੁਣ ਪੈਣੇ ਆ ਜੀ ਆਲੂ, ਅਤੇ ਅਸੀਂ ਹੁਣ ਆਲੂ ਵੀ ਜਿਹੜੇ ਆ ਉਹ ਗ੍ਰਾਈਂਡਰ ਦੇ ਵਿੱਚ ਮੈਸ਼ ਕਰ ਲੈਂਦੇ ਹਾਂ। ਆ ਗਏ ਨੇ ਜੀ ਆਪਣੀ ਗ੍ਰੇਵੀ ਦੇ ਵਿੱਚ ਜਿਹੜੇ ਅਸੀਂ ਆਲੂ ਮੈਸ਼ ਕੀਤੇ ਆ, ਯਾਨੀ ਕਿ ਜਿੰਨਾ ਆਲੂਆਂ ਦਾ ਆਪਾਂ ਕੀਮਾ ਬਣਾ ਤਾ ਨਾ ਪੂਰਾ, ਉਹ ਵਿੱਚ ਆ ਗਿਆ। ਇਹਨਾਂ ਨੂੰ ਵੀ ਹੁਣ ਇਹਦੇ ਵਿੱਚ ਮਿਕਸ ਕਰ ਦੇਣਾ ਆਪਾਂ ਚੰਗੀ ਤਰ੍ਹਾਂ। ਵਿੱਚ ਮਸਾਲੇ, ਇਹ ਆ ਗਿਆ ਨਮਕ, ਨਮਕ ਅਸੀਂ ਸੇਂਦਾ ਨਮਕ ਯੂਜ਼ ਕਰਦੇ ਹਾਂ, ਅਤੇ ਬਾਅਦ ਵਿੱਚ ਆ ਗਈ ਜੀ ਕਾਲੀ ਮਿਰਚ, ਇਹ ਆ ਗਈ ਕਾਲੀ ਮਿਰਚ, ਠੀਕ ਹੈ ਜੀ। ਦੋ ਇੱਕ ਚਮਚ ਪੂਰਾ ਪਾ ਦਿੱਤਾ, ਦੋ ਛੋਟੇ ਛੋਟੇ ਚਮਚ। ਇਹ ਆ ਗਿਆ ਜੀ ਜੀਰਾ ਪਾਊਡਰ, ਕਿ ਗਰਮ ਮਸਾਲਾ ਹੈ, ਹੈਂ ਗਰਮ ਮਸਾਲਾ। ਇਹ ਆ ਗਿਆ ਜੀ ਗਰਮ ਮਸਾਲਾ, ਦੋ ਅੱਛਾ ਦੋ ਚਮਚ ਗਰਮ ਮਸਾਲਾ ਪਾ ਦਿੱਤਾ, ਅਤੇ ਦੋ ਹੀ ਚਮਚ ਹੁਣ ਜਾਏਗੀ ਵਿੱਚ ਇਹਦੇ ਲਾਲ ਮਿਰਚ। ਓਏ ਹੋਏ ਹੋਏ ਹੋਏ, ਅਤੇ ਕੜਛੀ ਦੀ ਜਿਹੜੀ ਕਮਾਂਡ ਆ ਉਹ ਤੁਹਾਡੇ ਭਰਾ ਦੇ ਹੱਥ ਵਿੱਚ ਆ, ਕਸ਼ਮੀਰੀ ਮਿਰਚ, ਅਤੇ ਇਹ ਜਾਊਗੀ ਜੀ ਹੁਣ ਕਸ਼ਮੀਰੀ ਵਿੱਚ, ਕਸ਼ਮੀਰੀ ਮਿਰਚ ਦਾ ਤੜਕਾ, ਅੰਗ ਅੰਗ ਫੜਕਾ, ਅੰਗ ਅੰਗ ਫੜਕਾ, ਅਤੇ ਹੁਣ ਜਾ ਰਹੀ ਹੈ ਜੀ ਹਲਦੀ। ਓਏ ਹੋਏ ਹੋਏ, ਜਿਹੜੀ ਖੁਸ਼ਬੂ ਆ ਰਹੀ ਆ ਗਾਇਸ, ਬਾਈ ਵਾਹ। ਤੁਹਾਨੂੰ ਕਿਹਾ ਸੀ ਕਿ ਆਪਾਂ ਕਾਲਾ ਨਮਕ ਯੂਜ਼ ਕਰਦੇ ਹਾਂ, ਕਾਲਾ ਨਮਕ ਨਹੀਂ ਐਕਚੁਅਲੀ ਸੇਂਦਾ ਨਮਕ ਯੂਜ਼ ਕਰਦੇ ਹਾਂ, ਅਤੇ ਇਹ ਹੁਣ ਪਾਇਆ ਵਾ ਜੀ ਪੂਜਾ ਨੇ ਕਾਲਾ ਨਮਕ, ਠੀਕ ਹੈ। ਕਾਲਾ ਨਮਕ ਦਾ ਜਿਹੜਾ ਸਵਾਦ ਆ ਉਹ ਬੜਾ ਐਨ ਪੂਰਾ ਘੈਂਟ ਜਿਹਾ ਬਣ ਜਾਂਦਾ, ਅਤੇ ਚੀਜ਼ ਪੂਰੀ ਹਲਵਾਈਆਂ ਵਰਗੀ ਬਣਨੀ ਆ ਅੱਜ। ਪਾਕਿਸਤਾਨੀ ਚਨੇ, ਠੀਕ ਹੈ, ਜਿਹੜੇ ਕਿ ਪਾਕਿਸਤਾਨ ਦੇ ਵਿੱਚ ਆਮ ਤੌਰ 'ਤੇ ਜਿਹੜੇ ਆ ਉਹ ਸੁਬਹਾ ਨਾਸ਼ਤੇ ਦੇ ਵਿੱਚ ਯੂਜ਼ ਹੁੰਦਾ, ਨਾਸ਼ਤੇ ਦੇ ਵਿੱਚ ਜਿਹੜਾ ਵਾ ਉਹ ਪਾਕਿਸਤਾਨੀ ਲੋਕ ਜਿਹੜਾ ਉਹ ਕੜਾਹ ਪੂਰੀ ਅਤੇ ਚਨੇ ਇਹ ਖਾਣਾ ਜਿਹੜਾ ਪਸੰਦ ਕਰਦੇ ਆ, ਜਿਹਨੂੰ ਇਹ ਕਹਿੰਦੇ ਹਲਵਾ ਪੂਰੀ। ਉੱਥੇ ਜਗ੍ਹਾ ਜਗ੍ਹਾ 'ਤੇ ਦੁਕਾਨਾਂ ਨੇ, ਤੁਸੀਂ ਯੂਟਿਊਬ ਖੋਲ੍ਹੋ ਅਤੇ ਯੂਟਿਊਬ ਦੇ ਵਿੱਚ ਤੁਹਾਨੂੰ ਜਗ੍ਹਾ ਜਗ੍ਹਾ 'ਤੇ ਉਹ ਜਿਹੜੀਆਂ ਦੁਕਾਨਾਂ ਮਿਲ ਰਹੀਆਂ, ਅਤੇ ਜਿਨ੍ਹਾਂ ਦੇ ਉੱਪਰ ਕਾਫੀ ਰਸ਼ ਹੁੰਦਾ। ਮਸਾਲੇ ਮਸੂਲੇ ਪਾਉਣ ਤੋਂ ਬਾਅਦ ਜਦੋਂ ਤੁਹਾਡਾ ਤੜਕਾ ਥੋੜ੍ਹਾ ਜਿਹਾ ਭੁੱਜੇ ਅਤੇ ਤੁਹਾਨੂੰ ਖੁਸ਼ਬੂ ਆਉਣ ਲੱਗ ਪਏ ਵਧੀਆ, ਅਤੇ ਫਿਰ ਜਿਹੜਾ ਦਹੀਂ ਆ ਉਹ ਇਸ ਤਰ੍ਹਾਂ ਕਰਕੇ ਫੈਂਟ ਕੇ ਇਹਦੇ ਵਿੱਚ ਪਾ ਦੇਣਾ, ਅਤੇ ਚੰਗੀ ਤਰ੍ਹਾਂ ਤੇਜ਼ ਤੇਜ਼ ਹਿਲਾਉਣਾ ਕਿ ਦਹੀਂ ਦੀਆਂ ਜਿਹੜੀਆਂ ਫੁੱਟੀਆਂ ਨੇ ਉਹ ਨਾ ਬਣਨ। ਓਏ ਹੋਏ ਹੋਏ, ਕਿਆ ਸੋਹਣੀ ਖੁਸ਼ਬੂ ਆ ਰਹੀ ਆ ਬਾਈ, ਵਾਹ ਨਜ਼ਾਰਾ ਆ ਗਿਆ। ਹੋ ਗਿਆ ਇਹ ਤੈਨੂੰ ਕੀ ਹੋ ਗਿਆ, ਇਹ ਤੁਹਾਡਾ ਤੜਕਾ ਭੁੱਜੇ ਅਤੇ ਨਾਲ ਹੀ ਇਹਦੇ ਵਿੱਚ ਪਾ ਦਿਉ ਹੁਣ ਚਣੇ।
ਰਹਿਮਤ ਭਾਅ ਜੀ ਵੇਖ ਲਓ ਚੀਜ਼ ਕਿਹੜੀ ਘੈਂਟ ਬਣਦੀ ਜੇ। ਆਹ ਕਿਆ ਬਾਤ ਹੈ, ਵਾਹ ਜੀ ਵਾਹ, ਅਲਟੀਮੇਟ। ਵਾਹ, ਤੁਸੀਂ ਯਕੀਨ ਮੰਨਿਓ ਕਿ ਸੱਚੀ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਹੈ ਨਾ ਉਹ ਖੁਸ਼ਬੂ ਆ ਰਹੀ ਆ। ਅਤੇ ਇਹਨਾਂ ਨੂੰ ਅਸੀਂ ਹੁਣ ਕਰਤਾ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ। ਮਸਾਲੇ ਰਹਿ ਗਏ ਆ ਉਹ ਵੀ ਤੁਹਾਨੂੰ ਦੱਸਦਾ, ਜਿਹੜੇ ਚਣੇ ਪਾਉਣ ਤੋਂ ਬਾਅਦ 'ਚ ਪਾਉਣੇ ਆਪਾਂ। ਇਹ ਆ ਗਿਆ ਜੀ ਸੁੱਕਾ ਧਨੀਆ, ਵੈਸੇ ਸਾਡੇ ਕੋਲ ਧਨੀਆ ਪਾਊਡਰ ਵੀ ਪਿਆ ਸੀਗਾ, ਪਰ ਭਾਬੀ ਜੀ ਹੁਣਾਂ ਨੇ ਕਿਹਾ ਵੀ ਜਿਹੜਾ ਆਪ ਪੀਸਿਆ ਹੁੰਦਾ ਜ਼ਿਆਦਾ ਵਧੀਆ ਹੁੰਦਾ। ਚੋਰ ਅਹਿਮਦ ਭਾਅ ਜੀ, ਅਤੇ ਇਹ ਹੁਣ ਆ ਗਿਆ ਜੀਰਾ ਪਾਊਡਰ। ਓਏ ਹੋਏ ਹੋਏ, ਵਾਹ, ਮੂੰਹ 'ਚ ਪਾਣੀ ਜਿਹੜਾ ਵਾ ਉਹ ਆਉਣਾ ਸ਼ੁਰੂ ਹੋ ਗਿਆ। ਅਤੇ ਸਭ ਤੋਂ ਉੱਤੇ ਥੋੜ੍ਹੀ ਜਿਹੀ ਜਿਹੜੀ ਕਾਲੀ ਮਿਰਚ ਆ ਉਹ ਫਿਰ ਤੋਂ ਪਾਈ ਜਾਏਗੀ ਤਿੱਖਾ ਕਰਨ ਵਾਸਤੇ ਕੰਮ। ਅਤੇ ਹੁਣ ਲਾਸਟ ਵਿੱਚ ਅੰਬਚੂਰ ਪਾਊਡਰ, ਥੋੜ੍ਹਾ ਜਿਹਾ ਅੰਬਚੂਰ ਪਾਊਡਰ ਜਿਹੜਾ ਪਾਊਡਰ ਆ ਉਹ 'ਚ ਪਾ ਦਾਂ, ਕਿਉਂਕਿ ਖਟਾਸ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਆ ਚਣਿਆਂ ਦੇ ਵਿੱਚ। ਟਮਾਟਰ ਦੇ ਨਾਲ ਵੀ ਖਟਾਸ ਆਉਂਦੀ ਆ ਅਤੇ ਅੰਬਚੂਰ ਪਾਊਡਰ ਦੇ ਨਾਲ ਵੀ ਜਿਹੜੀ ਆ ਉਹ ਖਟਾਸ ਵਧੀਆ ਬਣ ਜਾਂਦੀ ਆ। ਓਏ ਹੋਏ 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 ਹੋਏ, ਅਤੇ ਸਭ ਤੋਂ ਲਾਸਟ ਵਿੱਚ ਚਣੇ ਮਸਾਲੇ। ਇਹ ਹੈ ਜੀ ਚਣਾ ਮਸਾਲਾ ਸਪੈਸ਼ਲ, MDH ਦਾ ਜਿਹੜਾ ਹੁੰਦਾ, MDH ਦਾ ਹੀ ਹੈ ਨਾ। ਅਤੇ 2 ਚਮਚ ਪਾ ਤਾ ਜੀ ਚਣਾ ਮਸਾਲਾ। ਅਤੇ ਬਾਜ਼ਾਰਾਂ ਦੇ ਵਿੱਚ ਕੀ ਹੁੰਦਾ ਵਾ, ਇੱਦਾਂ ਹੀ ਮਸਾਲੇ ਪਾਉਂਦੇ ਆ ਅਤੇ ਚੀਜ਼ ਜਿਹੜੀ ਉਹ ਸਵਾਦ ਬਣ ਜਾਂਦੀ ਹੈ, ਹੈ ਨਾ। ਅਤੇ ਅਸੀਂ ਕਹਿੰਦੇ ਹਾਂ ਵੀ ਬਹੁਤ ਸਵਾਦ ਬਣ ਗਈ ਚੀਜ਼, ਵਾਹ। ਅਤੇ ਮਸਾਲੇ ਸਾਡੇ ਹੋ ਗਏ ਨੇ ਚੰਗੀ ਤਰ੍ਹਾਂ ਮਿਕਸ ਜੀ। ਅਤੇ ਇਹਨੂੰ ਹੁਣ ਕੀ ਕਰਦੇ ਆਪਾਂ, ਇੱਕ ਵਾਰੀ ਵੇਖੋ ਗਾਇਸ। ਓਏ ਹੋਏ 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 ਹੋਏ, ਵਾਈ ਵਾਹ। ਅਤੇ ਜਿਹਦੇ ਵਿੱਚ ਚਣੇ ਆਪਾਂ ਬੋਇਲ ਕੀਤੇ ਸੀ ਉਹ ਥੋੜ੍ਹਾ ਜਿਹਾ ਪਾਣੀ ਆਪਣੇ ਕੋਲ ਜਿਹੜਾ ਬਚ ਗਿਆ ਸੀਗਾ ਉਹ ਆਪਾਂ ਜਿਹੜਾ ਦੁਬਾਰਾ ਇਹਦੇ ਵਿੱਚ ਪਾ ਦਿੰਦੇ ਹਾਂ। ਪਾਣੀ ਪਾ ਤਾ ਅਤੇ ਉਹਨੂੰ ਵੀ ਕਰਤਾ ਮਿਕਸ। ਅਤੇ ਹੁਣ ਇਹਨੂੰ ਲਵਾਵਾਂਗੇ ਅਸੀਂ ਚੰਗੀ ਤਰ੍ਹਾਂ ਦਮ, ਠੀਕ ਆ। ਇਹਨੂੰ ਅਸੀਂ ਦਿੰਦੇ ਹਾਂ ਢੱਕ। ਅਤੇ ਲਓ ਜੀ, ਪਾਕਿਸਤਾਨੀ ਚਣੇ ਬਣ ਕੇ ਤਿਆਰ ਹੋ ਗਏ ਆ ਅਤੇ ਪਲੇਟ ਜਲਦੀ ਸੱਜਣ ਲੱਗੀ ਆ। ਚਣੇ ਬਣਾ ਕੇ ਅਤੇ ਹੁਣ ਮੈਂ ਆ ਗਿਆ ਮੋਹ ਦੇ ਲਾਗੇ ਅਤੇ ਅਸੀਂ ਲੱਗੇ ਹਾਂ ਜੀ ਟੀ ਵੀ ਵੇਖਣ। ਹੁਣ ਜਦ ਤੱਕ ਆਪਣੇ ਜਿਹੜੇ ਚਣੇ ਬਣਦੇ ਆ ਅਤੇ ਉਦੋਂ ਤੱਕ ਆਪਾਂ ਟੀ ਵੀ ਲਾ ਕੇ ਬਹਿੰਦੇ ਹਾਂ। ਅਤੇ ਫਾਈਨਲੀ ਗਾਇਸ ਹੁਣ ਆਪਣੀ ਜਿਹੜੀ ਬਣ ਰਹੀ ਹੈ ਜੀ ਪੂਰੀ, ਅਤੇ ਪੂਰੀ ਵਾਸਤੇ ਜਿਹੜਾ ਤੇਲ ਯੂਜ਼ ਕੀਤਾ ਉਹ ਹੈਗਾ ਜੀ ਰਿਫਾਇੰਡ। ਅਤੇ ਪੂਰੀਆਂ ਉੱਧਰ ਵੇਲੀਆਂ ਜਾ ਚੁੱਕੀਆਂ ਨੇ, ਇੱਧਰ ਹੁਣ ਬਣਦੀਆਂ ਪਈਆਂ ਨੇ, ਅਤੇ ਚਣੇ ਆਪਣੇ ਜਿਹੜੇ ਆ ਉਹ ਇੱਧਰ ਅੱਛੀ ਤਰ੍ਹਾਂ ਨਾਲ ਜਿਹੜੇ ਆ ਉਹ ਰੈਡੀ ਹੋ ਰਹੇ ਆ। ਓਏ ਹੋਏ 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 ਹੋਏ, ਅਲਟੀਮੇਟ। ਅਤੇ ਦੇਹ ਪੂਰੀ ਅਤੇ ਪੂਰੀ ਜਿਹੜੀ ਉਹ ਥਲੀ ਜਾ ਰਹੀ ਆ, ਥਲਦੇ ਕਹਿੰਦੇ ਨਾ, ਤਲਦੇ ਕਿ ਥਲਦੇ, ਥਲਦੇ ਕਹਿ ਲਓ, ਥਲਦੇ ਕਹਿ ਲਓ। ਓਏ ਵਾਹ, ਕਿਆ ਬਾਤ ਹੈ ਤੇਰੇ ਕੁੜੀਏ, ਵਾਹ ਜੀ ਵਾਹ, ਵੈਰੀ ਨਾਈਸ। ਲਿਆ ਲਿਆ, ਹੁਣ ਨਹੀਂ ਹੋ ਰਿਹਾ ਜਾਂਦਾ। ਅਤੇ ਹੁਣ ਧਨੀਆ ਕੱਟ ਕੇ ਲਿਆਉਂਦਾ ਮੈਂ ਬਾਹਰੋਂ, ਠੀਕ ਆ। ਅਤੇ ਹੁਣ ਪਾਉਂਦੇ ਆਪਾਂ ਜਿਹੜੇ ਪਾਕਿਸਤਾਨੀ ਚਣੇ ਬਣਾਏ ਆ ਉਹਨਾਂ ਦੇ ਵਿੱਚ ਧਨੀਆ। ਕਲੋਜ਼ ਲਿਆਤੇ ਨਾ ਜੇ ਬਣਦਾ ਹੋ ਕੁਛ ਤੋਂ। ਓਏ ਹੋਏ 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 ਹੋਏ, ਵਾਹ, ਧਨੀਆ ਬੜੀ ਕੌਲੀ ਕਰਤੀ ਆਪਾਂ ਖਾਲੀ। ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਜਿਹੜਾ ਉਹ ਇਹਨੂੰ ਹੁਣ ਕਰਦੇ ਹਾਂ ਆਪਣਾ ਮਿਕਸ, ਅਤੇ ਕੰਮ ਆਪਣਾ ਜਿਹੜਾ ਰੈਡੀ ਹੋ ਗਿਆ। ਅਤੇ ਗਾਇਜ਼ ਆਪਣਾ ਪਾਕਿਸਤਾਨੀ ਨਾਸ਼ਤਾ ਤਾਂ ਨਹੀਂ, ਇਹਨੂੰ ਹੁਣ ਆਪਾਂ ਪਾਕਿਸਤਾਨੀ ਡਿਨਰ ਕਹਿ ਸਕਦੇ ਹਾਂ, ਕਿਉਂਕਿ 7 ਵੱਜ ਗਏ ਸ਼ਾਮ ਦੇ, ਠੀਕ ਆ। ਸਵੇਰ ਦੇ ਕਈ ਕੰਮ ਕਾਰ ਹੁੰਦੇ ਆ ਜਿਹਦੇ ਕਰਕੇ ਫਿਰ ਕੰਮ ਨਹੀਂ ਹੋ ਸਕਦਾ।
ਸੋ ਬਣਾਉਣਾ ਤਾਂ ਨਾਸ਼ਤਾ ਸੀਗਾ ਅਤੇ ਇਹ ਆਪਣਾ ਪਾਕਿਸਤਾਨੀ ਜਿਹੜਾ ਡਿਨਰ ਆ ਉਹ ਬਣ ਕੇ ਬਈ ਰੈਡੀ ਹੋ ਗਿਆ। ਠੀਕ ਆ, ਅਤੇ ਤੁਸੀਂ ਵੇਖ ਲਓ ਬਈ ਅਲਟੀ ਮੇਡ ਚਣੇ ਬਣੇ ਆ। ਓਏ ਹੋਏ 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 ਹੋਏ, ਅਤੇ ਇੱਧਰ ਕੜਾਹ ਅਤੇ ਨਾਲ ਆ ਪੂਰੀਆਂ, ਅਤੇ ਆ ਗਈ ਆ ਟੀਮ ਸਾਰੀ ਆਪਣੀ, ਅਤੇ ਮੋਗ ਬਹਿ ਗਿਆ ਨੀਚੇ। ਠੀਕ ਹੈ ਜੀ, ਅਤੇ ਚਲੋ ਜੀ ਕਰੋ ਸ਼ੁਰੂਆਤ। ਸਰਦੀਆਂ ਦੇ ਮੌਸਮ ਦੇ ਵਿੱਚ ਗਰਮਾ ਗਰਮ ਪਾਕਿਸਤਾਨੀ ਨਾਸ਼ਤਾ, ਪੂਰੀ, ਚਨੇ ਅਤੇ ਹਲਵਾ। ਓਏ ਹੋਏ 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 ਹੋਏ, ਉਹ ਮੰਮੀ ਹੁਣ ਲੱਗੀ ਆ ਜੀ ਸਰਵ ਕਰਨ, ਨਾਲ ਲਾਉਂਦੇ ਹਾਂ ਕੋਈ ਵਧੀਆ ਜੀ ਮੂਵੀ ਅਤੇ ਨਾਲ ਕਰਦੇ ਹਾਂ ਆਪਾਂ ਡਿਨਰ ਅੱਜ ਦਾ। ਅਤੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਵਲੋਗ ਜਿਹੜਾ ਬਹੁਤ ਵਧੀਆ ਲੱਗਾ ਹੋਊਗਾ, ਅਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਕੇ ਪਾਕਿਸਤਾਨੀ ਨਾਸ਼ਤਾ ਇੱਕ ਵਾਰੀ ਜ਼ਰੂਰ ਬਣਾ ਕੇ ਖਾਇਓ, ਅਤੇ ਸਰਦੀਆਂ ਦੇ ਵਿੱਚ ਨਜ਼ਾਰੇ ਲਓ। ਠੀਕ ਆ, ਆਪਣੇ ਪਰਿਵਾਰ ਦੇ ਨਾਲ ਜਦੋਂ ਵੀ ਤੁਹਾਡੇ ਕੋਲ ਫ੍ਰੀ ਟਾਈਮ ਹੁੰਦਾ ਪਰਿਵਾਰ ਨਾਲ ਸਪੈਂਡ ਕਰੋ, ਫੋਨਾਂ ਫਾਨਾਂ ਦੇ ਚੱਕਰਾਂ ਦੇ ਵਿੱਚ ਘੱਟ ਹੀ ਪਾਓ। ਠੀਕ ਆ, ਸੋ ਮਿਲਦੇ ਇੱਕ ਨਵੇਂ ਵਲੋਗ, ਇੱਕ ਨਵੀਂ ਡੈਸਟੀਨੇਸ਼ਨ, ਇੱਕ ਨਵੀਂ ਮੰਜ਼ਿਲ, ਇੱਕ ਨਵੀਂ ਰੈਸਪੀ ਦੇ ਨਾਲ। ਤਦ ਤੱਕ ਲਈ